ਇਸ ਤਰ੍ਹਾਂ ਜਿਵੇਂ ਆਪ ਨੂੰ ਸਭ ਨੂੰ ਪਤਾ ਕਿ ਕਾਂਸਟੇਬਲ ਰਿਕਰੂਟਮੈਂਟ ਦੇ ਜਿਹੜੇ ਐਗਜ਼ਾਮਸ ਹੋ ਰਹੇ ਨੇ ਸਾਰੇ ਪੰਜਾਬ ਬੋਰਡ ਦੇ ਵਿੱਚ, ਉਹਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ 6 ਸੈਂਟਰਾਂ ਦੇ ਵਿੱਚ ਇਹ ਐਗਜ਼ਾਮ 25 ਅਤੇ 26 ਨੂੰ ਦੋ ਦੋ ਸ਼ਿਫਟਾਂ ਵਿੱਚ ਹੋਏਗਾ। ਪਹਿਲੀ ਸ਼ਿਫਟ ਹੋਏਗੀ 10 ਤੋਂ 12 ਅਤੇ ਦੂਜੀ ਸ਼ਿਫਟ ਹੋਏਗੀ 3 ਤੋਂ 5। ਪਹਿਲੀ ਸ਼ਿਫਟ ਦੇ ਵਿੱਚ ਜਿਹੜੀ ਐਂਟਰੀ ਹੈ ਦੈਟ ਸਟਾਰਟਸ ਐਟ 8 AM ਟਿਲ 9:30 ਐਂਡ ਗ੍ਰੇਸ ਪੀਰੀਅਡ ਇਜ਼ 9:45 AM। ਸੈਕਿੰਡ ਸ਼ਿਫਟ ਦੇ ਵਿੱਚ ਜਿਹੜੀ ਐਂਟਰੀ ਹੈਗੀ ਹੈ ਉਹ 1 ਵਜੇ ਸਟਾਰਟ ਹੋਏਗੀ, 2:30 ਵਜੇ ਤੱਕ ਹੋਏਗੀ, ਗ੍ਰੇਸ ਇਜ਼ 2:45 PM। ਇਹ ਤੁਹਾਡੇ ਐਂਟਰੀ ਦੇ ਟਾਈਮਿੰਗਸ ਹੈਗੇ ਨੇ। ਹਾਂਜੀ, ਅਤੇ ਸਰ ਆਪਣਾ ਹੋਰ ਕੀ ਬੰਦੋਬਸਤ ਕੀਤੇ ਗਏ ਨੇ ਜੀ? ਇਸ ਨੂੰ ਸਾਰੇ ਜਿਹੜਾ ਇਹ ਸਾਰਾ ਜਿਹੜਾ ਇਹ ਪੇਪਰ ਹੈਗਾ, ਜਿਹੜਾ ਇਹ ਸਿਲੈਕਸ਼ਨ ਦਾ ਪ੍ਰੋਸੈਸ ਹੈਗਾ, ਇਸ ਨੂੰ ਪਾਰਦਰਸ਼ਤਾ ਨਾਲ ਕਰਨਾ, ਨਿਰਪੱਖਤਾ ਦੇ ਨਾਲ ਕਰਨਾ ਦੇ ਲਈ ਅਸੀਂ ਵਚਨ, ਪੰਜਾਬ ਪੁਲਿਸ ਵਚਨਬੱਧ ਹੈ, ਫਤਿਹਗੜ੍ਹ ਸਾਹਿਬ ਵੀ ਪੁਲਿਸ ਵੀ ਵਚਨਬੱਧ ਹੈਗਾ। ਇਹ ਸਾਰੇ ਜਿਹੜੇ ਇਗਜ਼ਾਮ ਹੈਗੇ ਆ TCS ਦੀ ਰੇਖ ਦੇਖ ਦੇ ਵਿੱਚ ਹੋ ਰਹੇ ਨੇ। ਜੋ ਵੀ ਐਗਜ਼ਾਮੀਨੇਸ਼ਨ ਦੇ ਪੇਪਰ ਹੈਗੇ ਨੇ, ਟੈਸਟ ਪੇਪਰਸ ਹੈਗੇ ਨੇ, ਉਹਨਾਂ ਦੀ ਰੇਖ ਦੇਖ ਵਿੱਚ ਹੀ ਸਟੋਰ ਕੀਤੇ ਜਾਣਗੇ। ਸਟੋਰ ਦੇ ਉੱਤੇ ਸਿਕਿਉਰਿਟੀ ਲਈ ਅਸੀਂ CCTV ਸਰਵੇਲੈਂਸ 24x7 ਕੀਤੀ ਵੀ ਹੈਗੀ ਹੈ, ਐਂਡ ਅ ਗਸਟਡ ਆਫਿਸਰ ਉਹਦੇ ਲਈ ਨਿਗਰਾਨੀ ਲਈ ਰੱਖਿਆ ਗਿਆ ਹੈਗਾ। ਸਾਰੇ ਸੈਂਟਰਾਂ ਦੇ ਉੱਤੇ ਵੀ ਗਸਟਡ ਆਫਿਸਰ ਸੁਪਰਵਾਈਜ਼ਰੀ ਆਫਿਸਰ ਹੋਏਗਾ, ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ 2 ਸੈਂਟਰਾਂ ਮਗਰ 1 SP ਸਾਹਿਬਾਨ ਨੂੰ ਸੁਪਰਵਾਈਜ਼ਨ ਦਿੱਤੀ ਹੋਈ ਹੈ, ਅਤੇ ਜਿਹੜੇ ਐਗਜ਼ਾਮੀਨੇਸ਼ਨ ਸੈਂਟਰ ਹੈਗੇ ਨੇ ਉਹਨਾਂ ਦੇ ਆਸ ਪਾਸ ਡਿਪੈਂਡਿੰਗ ਅਪੋਨ ਦੀ ਲੋਕੇਸ਼ਨ 300 ਤੋਂ 500 ਮੀਟਰ ਤੱਕ ਸਟਰਲ ਜ਼ੋਨ ਬਣਾਇਆ ਗਿਆ ਹੈਗਾ। ਇਸ ਤੋਂ ਮੇਰਾ ਭਾਵ ਹੈਗਾ ਕਿ ਬਿਨਾਂ ਕਿਸੇ ਕੰਮ ਤੋਂ ਅਸੀਂ ਉਹਦੇ ਵਿੱਚ ਹਰ ਆਦਮੀ ਦੀ ਪੁੱਛਗਿੱਛ ਕਰਾਂਗੇ, ਔਰ ਲੋੜ ਬਿਨਾਂ ਲੋੜ ਤੋਂ ਉੱਥੇ ਖੜ੍ਹੇ ਜਾਂ ਜਿਹੜੀਆਂ ਕੋਈ ਵਹੀਕਲਸ ਹੈ ਜਿਨ੍ਹਾਂ ਦੇ ਉੱਤੇ ਕੋਈ ਕਾਲੇ ਸ਼ੀਸ਼ੇ ਵਗੈਰਾ ਲੱਗੇ ਹਨ, ਅਸੀਂ ਉਹਨਾਂ ਨੂੰ ਉੱਥੋਂ ਰਿਮੂਵ ਕਰਾਂਗੇ। ਇਸੇ ਤਰ੍ਹਾਂ ਹੀ ਜਿਹੜੀ ਪਾਰਕਿੰਗ ਹੈ ਉਹ ਸਫੀਸ਼ੀਐਂਟ ਡਿਸਟੈਂਸ 'ਤੇ ਬਣਾਈ ਗਈ ਹੈ ਐਗਜ਼ਾਮੀਨੇਸ਼ਨ ਸੈਂਟਰਸ ਤੋਂ, 300 ਤੋਂ 500 ਮੀਟਰ ਤੱਕ। ਇਸ ਕਰਕੇ ਮੈਂ ਸਾਰੇ ਕੈਂਡੀਡੇਟਸ ਨੂੰ ਅਪੀਲ ਕਰਦਾ ਕਿ ਇਹ ਜਿਹੜਾ 300 ਤੋਂ 500 ਮੀਟਰ ਦਾ ਜਿਹੜਾ ਹੈਗਾ ਟਾਈਮ ਉੱਥੋਂ ਟੂ ਦੀ ਐਗਜ਼ਾਮੀਨੇਸ਼ਨ ਸੈਂਟਰ, ਉਹਨੂੰ ਫੈਕਟਰ ਇਨ ਕਰਕੇ ਹੀ ਆਪਣਾ ਉਸ ਹਿਸਾਬ ਨਾਲ ਆਪਣੇ ਟਾਈਮ 'ਤੇ ਪਹੁੰਚਣ, ਸੋ ਦੈਟ ਉਹ ਉਸ 'ਤੇ ਲੇਟ ਨਾ ਹੋ ਜਾਣ। ਪਾਰਕਿੰਗ ਦੇ ਵਿੱਚ ਵੀ ਅਸੀਂ ਕਾਲੀ ਸ਼ੀਸ਼ੇ ਦੀਆਂ ਕਾਰਾਂ ਨੂੰ ਪਾਰਕ ਨਹੀਂ ਕਰਨ ਦੇਵਾਂਗੇ। ਦੂਸਰੀ ਗੱਲ, ਅਸੀਂ ਜਿਹੜੇ ਪਾਰਕਿੰਗ ਦੇ ਵਿੱਚ ਵੀ ਜਿਹੜੇ ਕੋਈ ਉਹਨਾਂ ਦੇ ਨਾਲ ਸੰਗੀ ਸਾਥੀ ਹੋਣਗੇ, ਅਸੀਂ ਉਹਨਾਂ ਨੂੰ ਪਾਰਕਿੰਗ ਦੇ ਵਿੱਚ ਕਾਰਾਂ ਦੇ ਵਿੱਚ ਜਾਂ ਜੀਪਾਂ ਦੇ ਵਿੱਚ ਵਹੀਕਲ ਦੇ ਵਿੱਚ ਬੈਠ ਕੇ ਵੇਟ ਨਹੀਂ ਕਰਨ ਦੇਵਾਂਗੇ। ਦੇ ਵਿਲ ਹੈਵ ਟੂ ਸਟੈਂਡ ਆਊਟਸਾਈਡ ਔਰ ਸਿਟ ਆਊਟਸਾਈਡ। ਸਰ, ਕੈਂਡੀਡੇਟ ਲਈ ਐਗਜ਼ਾਮੀਨੇਸ਼ਨ ਸੈਂਟਰ ਦੇ ਵਿੱਚ ਜਾਣ ਲਈ ਕੁਝ ਸਪੈਸ਼ਲ ਹਦਾਇਤਾਂ ਵੀ ਕੀ ਲੈ ਕੇ ਨਾਲ ਲਿਆ ਸਕਦੇ ਹਾਂ ਜਾਂ ਨਹੀਂ? ਇਸ ਰਾਹੀਂ, ਇਸ ਮਾਧਿਅਮ ਰਾਹੀਂ ਮੈਂ ਆਪ ਨੂੰ ਦੱਸਣਾ ਚਾਹੁੰਦਾ ਕਿ ਕੈਂਡੀਡੇਟਸ ਨੂੰ ਜੋ ਚੀਜ਼ਾਂ ਅਲਾਊਡ ਹੈਗੀਆਂ ਨੇ ਉਹ ਹੈ ਉਹਨਾਂ ਦਾ ਐਡਮਿਟ ਕਾਰਡ, ਇੱਕ ਫੋਟੋ ID ਅਤੇ ਇੱਕ ਪਾਸਪੋਰਟ ਸਾਈਜ਼ ਉਹਨਾਂ ਦੀ ਫੋਟੋਗ੍ਰਾਫ, ਅਤੇ ਉਸ ਤੋਂ ਬਾਅਦ ਉਹ ਜਿਹੜੀ ਉਹ ਆਪਦੀ ਤਿਆਰੀ ਕਰੀ ਕਰਕੇ ਗਏ ਆ। ਉਸ ਤੋਂ ਇਲਾਵਾ ਅਸੀਂ ਮੇਨ ਗੇਟ ਐਂਟਰੀ ਤੋਂ ਹੋਰ ਕੋਈ ਚੀਜ਼ ਐਂਟਰ ਨਹੀਂ ਹੋਣ ਦੇਵਾਂਗੇ। ਥੋੜ੍ਹਾ ਜਿਹਾ ਮੈਂ ਗੱਲ ਦੱਸ ਦਿੰਦਾ ਇਹਦੇ ਵਿੱਚ ਕਿ ਆਪਣੀ ਬਾਲ ਪੈਨ ਨਾ ਲੈ ਕੇ ਆਉਣ, ਕੋਈ ਵਾਲਟ ਨਾ ਲੈ ਕੇ ਆਉਣ, ਮਤਲਬ ਪਰਸ ਵਗੈਰਾ ਨਾ ਲੈ ਕੇ ਆਉਣ। ਅਸੀਂ ਬੈਲਟ ਵੀ ਅੰਦਰ ਨਹੀਂ ਲਿਜਾਣ ਦੇਵਾਂਗੇ, ਪਾਣੀ ਦੀ ਬੋਟਲ ਨਹੀਂ ਲੈ ਕੇ ਜਾਣ ਦੇਵਾਂਗੇ, ਕੋਈ ਘੜੀ ਨਹੀਂ ਜਾਣ ਲੈ ਕੇ ਜਾਣ ਦੇਵਾਂਗੇ, ਕੋਈ ਇਲੈਕਟ੍ਰੋਨਿਕ ਡਿਵਾਈਸ ਨਹੀਂ ਲੈ ਕੇ ਜਾਣ ਦੇਵਾਂਗੇ, ਮੋਬਾਈਲ ਜਿਸ ਤਰ੍ਹਾਂ ਹੁੰਦੇ ਆ, ਮਤਲਬ ਇਹ ਕੋਈ ਚੀਜ਼ਾਂ ਨਹੀਂ। ਜੇ ਮੈਂ ਬਾਹਰ ਕਿਹਾ, ਮੈਨੂੰ ਫਿਰ ਮੈਂ ਬਾਹਰ ਨੂੰ ਰਿਪੀਟ ਕਰਦਾ, ਐਡਮਿਟ ਕਾਰਡ, ਫੋਟੋ ID ਅਤੇ ਉਹਨਾਂ ਦੀ ਆਪਣੀ ਪਾਸਪੋਰਟ ਸਾਈਜ਼ ਫੋਟੋਗ੍ਰਾਫ ਤੋਂ ਇਲਾਵਾ ਅਸੀਂ ਮੇਨ ਗੇਟ ਤੋਂ ਉਹਨਾਂ ਨੂੰ ਕੁਝ ਵੀ ਚੀਜ਼ ਅੰਦਰ ਨਹੀਂ ਲਿਜਾਣ ਦੇਵਾਂਗੇ। ਸਰ, ਕਈ ਵਾਰੀ ਦੇਖਣ 'ਚ ਆ ਰਿਹਾ ਵੀ ਅੰਦਰ ਜਿਹੜੇ ਐਗਜ਼ਾਮੀਨੇਰ ਪੇਪਰ ਲੈਣ ਆਉਂਦੇ ਨੇ ਜਾਂ ਉਹਨਾਂ ਦੇ ਕੋਈ ਹੋ ਸਕਦਾ ਕੋਈ ਰਿਸ਼ਤੇਦਾਰ ਜਾਣ ਪਛਾਣ ਜਾਂ ਕੋਈ ਹੋਵੇ, ਕੋਈ ਐਸੀਆਂ ਹਦਾਇਤਾਂ ਕੀਤੀਆਂ ਜਗੀਆਂ ਜਾਂ ਉਹਨਾਂ ਤੋਂ ਗਰੇਜ਼ ਕੀਤਾ ਜਾ ਸਕੇ? ਬਹੁਤ ਅੱਛਾ ਤੁਹਾਡਾ ਇਹ ਕੁਐਸਚਨ ਹੈਗਾ। ਜਿਹੜੇ ਅਸੀਂ ਜਿਹੜੇ ਇੰਸਟੀਚਿਊਟਸ ਅਤੇ ਐਜੂਕੇਸ਼ਨ ਇੰਸਟੀਟਿਊਸ਼ਨ ਜਾਂ ਅਦਰ ਇੰਸਟੀਚਿਊਟਸ ਜਿਨ੍ਹਾਂ ਦੇ ਵਿੱਚ ਇਹ ਐਗਜ਼ਾਮੀਨੇਸ਼ਨ ਸੈਂਟਰਸ ਬਣਾਏ ਗਏ ਨੇ, ਉਹਨਾਂ ਦੇ ਵਿੱਚ ਜਿਹੜੇ ਇਨਵਿਜੀਲੇਟਰਸ ਨੇ ਉਹਨਾਂ ਤੋਂ 9 ਰਿਲੇਸ਼ਨ ਫਾਰਮ ਭਰਾਇਆ ਜਾ ਰਿਹਾ। ਸਿਮਿਲਰਲੀ ਜਿਹੜੇ ਸਾਡੇ ਪੁਲਿਸ ਦੇ ਮੁਲਾਜ਼ਮ ਆਫਿਸਰ ਸਾਹਿਬਾਨ ਉੱਥੇ ਤੈਨਾਤ ਹੋਣਗੇ, ਉਹਨਾਂ ਨੂੰ ਵੀ ਸਵੈ ਘੋਸ਼ਣਾ ਪੱਤਰ ਦੇਣਾ ਪਏਗਾ ਕਿ ਮੇਰਾ ਇਸ ਐਗਜ਼ਾਮੀਨੇਸ਼ਨ ਸੈਂਟਰ ਜਿੱਥੇ ਮੇਰੀ ਡਿਊਟੀ ਲੱਗੀ ਹੈ, ਮੇਰਾ ਕੋਈ ਵੀ ਰਿਸ਼ਤੇਦਾਰ ਇਹਦੇ ਵਿੱਚ ਟੈਸਟ ਵਿੱਚ ਨਹੀਂ ਬੈਠਾ ਹੈ। ਇਸ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਕਿ ਮੈਂ ਆਪ ਨੂੰ ਅਸ਼ਿਓਰ ਕਰ ਸਕਦਾ ਕਿ ਇਹ ਬਿਲਕੁਲ ਇੰਪਾਰਸ਼ੀਅਲ ਟਰਾਂਸਪੇਰੈਂਟ ਸਿਲੈਕਸ਼ਨ ਪ੍ਰੋਸੈਸ ਹੈ, ਜਿਹਦੇ ਲਈ ਅਸੀਂ ਵਚਨਬੱਧ ਹੈ ਔਰ ਡਿਊਟੀ ਬਾਉਂਡ ਹੈ। ਕਿਸੇ ਨੂੰ ਵੀ ਇਸ ਭੁਲੇਖੇ ਦੇ ਵਿੱਚ ਨਹੀਂ ਰਹਿਣਾ ਚਾਹੀਦਾ, ਕਿਸੇ ਨੂੰ ਝਾਂਸੇ ਦੇ ਵਿੱਚ ਨਹੀਂ। ਦੇਖੋ, ਠੱਗ ਸਾਰੇ ਪਾਸੇ ਨੇ, ਉਹ ਆਪ ਨੂੰ ਕੋਈ ਵੀ ਤੁਹਾਨੂੰ ਪ੍ਰਲੋਭਨ ਦੇ ਸਕਦੇ ਨੇ, ਪਰ ਮੈਂ ਤੁਹਾਨੂੰ ਪੰਜਾਬ ਪੁਲਿਸ ਦੇ ਮੁਖੀ ਫਤਿਹਗੜ੍ਹ ਸਾਹਿਬ ਦਾ ਹੋ ਕੇ ਇਹ ਕਹਿ ਸਕਦਾ ਕਿ ਐਸਾ ਕੁਛ ਵੀ ਨਹੀਂ ਹੈਗਾ। ਟੋਟਲ ਟਰਾਂਸਪੇਰੈਂਟ ਇਹ ਫੇਅਰ ਸਿਲੈਕਸ਼ਨ ਪ੍ਰੋਸੈਸ ਹੈ, ਐਂਡ ਵੀ ਆਰ ਡਿਊਟੀ ਬਾਉਂਡ ਟੂ ਇਨਸ਼ੋਰ ਇਟ।